इस वक्त असं शंभू बॉर्डर से मौजूद हाँ। तुम पिछे देख रहे हो जो भंगड़े पै रहे हैं, जश्न मनाया जा रहा, जिथे कि पिछले साल इस बॉर्डर के उत्ते आंसू बार के जो गोले से वह सुटे गए थे, बैरीकेड लाए गए थे। बापू खुश हो खुदा खुदा जेड़े लोग ये सोचते सी कि पैसे ते पावर दे नाल अंदोलन नू असी दब दांगे, पर लोगों ने एका रखिया, जातां पातां धर्मां तो उपर उठ के लोग एक आवाज विच बुराई दे खिलाफ लड़ते रहे। ਕਲਮ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ, ਕਿਸਾਨਾਂ ਦੇ ਕੰਮ ਲੋਕਾਂ ਦੇ ਕੰਮ ਹਮੇਸ਼ਾ ਜਿੰਦਾਬਾਦ ਸੀ, ਜਿੰਦਾਬਾਦ ਹੈ, ਜਿੰਦਾਬਾਦ ਰਹੂਗਾ। ਬੜੇ ਸੋਨਿਆਰ ਛੱਬੀ ਨਵੰਬਰ ਨੂੰ ਆਪ ਨਾਲ ਇੱਥੇ ਪਾਣੀ ਦੀ ਵਿਛਾੜਾ ਖਾਧਿਆ, ਅਥਰੂ ਗਏ ਤੇ ਗੋਲੇ ਖਾਧੇ, ਵੀ ਉਦਣ ਵੀ ਦਿਲ ਖੁਸ਼ ਸੀ ਵੀ ਮੋਦੀ ਨੂੰ, ਅੱਜ ਵੀ ਦਿਲ ਉਦੋਂ ਵੀ ਜ਼ਿਆਦਾ ਖੁਸ਼ੀ ਹੈ, ਬਹੁਤ ਜ਼ਿਆਦਾ ਖੁਸ਼ੀ ਹੈ। ਉਦਣ ਵੀ ਖੁਸ਼ ਸੀ ਮਨ ਕਿ ਅਸੀਂ ਮੋਦੀ ਨੂੰ ਹਰਾਉਣ ਚੱਲੇ, ਹਰਾ ਕੇ ਆਵਾਂਗੇ, ਤੇ ਹਰਾ ਕੇ ਆਏ ਹਾਂ। ਇਹ ਕਿਸਾਨ ਜਥੇਬੰਦੀਆਂ ਚੜ੍ਹਦੀ ਕਲਾ 'ਚ ਹੈਗੀਆਂ, ਚੜ੍ਹਦੀ ਕਲਾ 'ਚ ਰਹਿਣਗੀਆਂ। ਦੋਸਤੋ ਤੁਸੀਂ ਜੁੜੇ ਹੋ ਬੋਲੀ ਹੋਲੀ ਬਾਬਾ ਦੇ ਨਾਲ, ਮੈਂ ਹੇਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ, ਉਮੀਦ ਕਰਦੀ ਹਾਂ ਠੀਕ ਠਾਕ ਹੋਵੋਗੇ। ਇਸ ਵਕਤ ਅਸੀਂ ਸ਼ੰਭੂ ਬਾਰਡਰ 'ਤੇ ਮੌਜੂਦ ਹਾਂ, ਤੁਸੀਂ ਪਿੱਛੇ ਦੇਖ ਰਹੇ ਹੋ ਜਿਹੜੇ ਭੰਗੜੇ ਪੈ ਰਹੇ ਨੇ, ਜਸ਼ਨ ਮਨਾਇਆ ਜਾ ਰਿਹਾ, ਜਿੱਥੇ ਕਿ ਪਿਛਲੇ ਸਾਲ ਇਸ ਬਾਰਡਰ ਦੇ ਉੱਤੇ ਆਂਸੂ ਬਾਰ ਦੇ ਜਿਹੜੇ ਗੋਲੇ ਸੀ ਉਹ ਸੁੱਟੇ ਗਏ ਸੀਗੇ, ਬੈਰੀਕੇਡ ਲਾਏ ਗਏ ਸੀ। ਅੱਜ ਉਹੀ ਬਾਰਡਰ 'ਤੇ ਮੌਜੂਦ ਹਾਂ, ਪਿੱਛੇ ਭੰਗੜੇ ਪੈ ਰਹੇ ਨੇ, ਸਾਡੇ ਨਾਲ ਨੌਜਵਾਨ ਹੋਣਗੇ, ਅਸੀਂ ਗੱਲਬਾਤ ਕਰਾਂਗੇ, ਬੋਲੀਆਂ ਪੈ ਰਹੀਆਂ ਨੇ, ਢੋਲ ਵੱਜ ਰਹੇ ਨੇ। ਬਾਪੂ ਖੁਸ਼ ਹੋ ਖੁਦਾ ਖੁਦਾ ਖੁਦਾ, ਜਿੱਤ ਦੀ ਖੁਸ਼ੀ ਨੂੰ ਕਿਵੇਂ ਦੇਖ ਰਹੇ ਹੋ? ਇਹ ਜਿੱਤ ਉਹਨਾਂ ਲੋਕਾਂ ਦੀ ਜਿੱਤ ਹੈ ਜਿਨ੍ਹਾਂ ਨੇ ਖੂਨ ਪਸੀਨੇ ਦੇ ਨਾਲ ਇਸ ਅੰਦੋਲਨ ਨੂੰ ਸਿਰਜਿਆ ਹੈ। ਪੂਰੀ ਦੁਨੀਆ ਦੇ ਦੁਨੀਆ ਇਸ ਅੰਦੋਲਨ ਨੂੰ ਇਸ ਤਰੀਕੇ ਨਾਲ ਦੇਖ ਰਹੀ ਸੀ। ਜੇਕਰ ਅਸੀਂ ਹਾਰ ਜਾਂਦੇ ਤਾਂ ਇਤਿਹਾਸ ਵਿੱਚ ਕਦੇ ਅੰਦੋਲਨ ਨਹੀਂ ਸੀ ਹੋਣਾ, ਜੇ ਅਸੀਂ ਜਿੱਤ ਗਏ ਤਾਂ ਅੰਦੋਲਨ ਹੁਣ ਸਰਕਾਰਾਂ ਬਦਲ ਨੂੰ ਤਤਪਰ ਰਿਹਾ ਕਰੂਗਾ। ਇਸ ਅੰਦੋਲਨ ਦੀ ਦੇਣ ਭਾਈਚਾਰਕ ਸਾਂਝ ਹੈ, ਜਿੱਥੇ ਸਭ ਧਰਮਾਂ ਨੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇਸ ਅੰਦੋਲਨ ਨੂੰ ਲੜਿਆ ਅਤੇ ਲੋਕਾਂ ਦੇ ਵਿੱਚ ਇਹ ਸੁਨੇਹਾ ਭੇਜਿਆ ਕਿ ਅਸੀਂ ਸਾਰੇ ਇੱਕ ਆਵਾਜ਼ ਦੇ ਵਿੱਚ ਇਹ ਅੰਦੋਲਨ ਹੈ ਜਿਹੜਾ ਉਹ ਲੜਿਆ, ਅਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਇੱਕ ਲਹਿਰ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਇਸ ਲਈ ਲੱਗੇ ਕਿਉਂਕਿ ਇਹ ਅੰਦੋਲਨ ਉਹਨਾਂ ਅਮੀਰਾਂ ਦੇ ਖਿਲਾਫ ਲੜਿਆ ਜਾ ਰਿਹਾ ਸੀ, ਪੂੰਜੀਪਤੀਆਂ ਦੇ ਖਿਲਾਫ, ਅਤੇ ਇਸ ਅੰਦੋਲਨ ਨੂੰ ਚਲਾਉਣ ਵਾਲੇ ਸਾਰੇ ਦੇ ਸਾਰੇ ਗਰੀਬ ਲੋਕ ਸੀ। ਇਹ ਜਿੱਤ ਉਹਨਾਂ ਗਰੀਬਾਂ ਦੀ, ਉਹਨਾਂ ਬੇਸਹਾਰਿਆਂ ਦੀ ਜਿੱਤ ਹੈ ਜਿਨ੍ਹਾਂ ਨੇ ਇਤਿਹਾਸ ਬਦਲ ਕੇ ਰੱਖਤਾ। ਤੁਸੀਂ ਕਿੱਥੋਂ? ਅਸੀਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ, ਪੰਜਾਬ ਦੇ ਵਿੱਚ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਹਾਂ। ਦਿੱਲੀ ਦੀ ਬਰੂਹਾਂ ਤੇ ਬੈਠੇ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ? ਅਸੀਂ ਜੀ ਬਹੁਤ ਗੱਲ ਆਏ ਤੇ ਬਹੁਤ ਗੱਲ ਗਏ, ਤੇ ਸਾਡੇ ਪਿੰਡੋਂ ਵੀ ਬਹੁਤ ਟਰਾਲੀਆਂ ਗਈਆਂ। ਟੋਟਲ ਇਸ ਅੰਦੋਲਨ ਦੇ ਵਿੱਚ 1 ਸਾਲ 17 ਦਿਨ ਲੱਗੇ ਨੇ, ਪਰੰਤੂ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਜਿੱਥੇ ਵੀ ਕੁਰਬਾਨੀਆਂ ਹੋਈਆਂ ਨੇ ਤੇ ਪਰਮਾਤਮਾ ਨੇ ਉਸ ਧਿਰ ਨੂੰ ਕਦੇ ਹਾਰ ਨਹੀਂ ਦਿੱਤਾ। ਜਿਹੜੀ ਸਾਡੀ ਲੜਾਈ ਸੀ, ਜਿਹੜੇ ਲੋਕ ਇਹ ਸੋਚਦੇ ਸੀ ਕਿ ਪੈਸੇ ਤੇ ਪਾਵਰ ਦੇ ਨਾਲ ਅੰਦੋਲਨ ਨੂੰ ਅਸੀਂ ਦੱਬ ਦਾਂਗੇ, ਪਰ ਲੋਕਾਂ ਨੇ ਏਕਾ ਰੱਖਿਆ, ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਲੋਕ ਇੱਕ ਆਵਾਜ਼ ਵਿੱਚ ਬੁਰਾਈ ਦੇ ਖਿਲਾਫ ਲੜਦੇ ਰਹੇ। ਅੱਛਾ, ਸਾਡੇ ਨਾਲ ਇੱਕ ਨੌਜਵਾਨ ਮੌਜੂਦ ਹੋਣਗੇ, ਉਹਨਾਂ ਨਾਲ ਗੱਲ ਕਰਦੇ ਹਾਂ। ਹਰਿਆਣਾ ਪੰਜਾਬ ਭਾਈਚਾਰਾ, ਹਰਿਆਣਾ ਪੰਜਾਬ ਭਾਈਚਾਰਾ, ਬੋਲੇ ਸੋਨਿਆਰ। ਅੱਛਾ, ਨੌਜਵਾਨਾਂ ਦੇ ਵਿੱਚ ਜਿਹੜਾ ਆ ਰੋਸ ਭਰ ਦਿੱਤਾ ਆ, ਪਤਾ ਲੱਗ ਗਿਆ ਵੀ ਕੀ ਵੈਲਿਊ ਹੈ, ਕੀ ਕੁਛ ਸਿੱਖਣ ਨੂੰ ਮਿਲਿਆ ਇਸ ਅੰਦੋਲਨ ਤੋਂ? ਸਿੱਖਣ ਨੂੰ ਇਹ ਮਿਲਿਆ ਜੀ, ਜ਼ਾਲਮ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ, ਕਿਸਾਨਾਂ ਦੇ ਕੰਮ ਲੋਕਾਂ ਦੇ ਕੰਮ ਹਮੇਸ਼ਾ ਜਿੰਦਾਬਾਦ ਸੀ, ਜਿੰਦਾਬਾਦ ਹੈ, ਜਿੰਦਾਬਾਦ ਰਹੂਗਾ। ਅੱਛਾ ਸਰ, ਵੋਟਾਂ ਆ ਰਹੀਆਂ ਨੇ, ਕਿਤੇ ਐਵੇਂ ਤਾਂ ਨਹੀਂ ਹੋਊਗਾ ਵੀ ਆਪਾਂ ਫੇਰ ਸਰਕਾਰ ਦੀਆਂ ਮਿੱਠੀਆਂ ਗੋਲੀਆਂ ਦੇ ਵਿੱਚ ਆ ਜਾਈਏ? ਨਹੀਂ, ਹੁਣ ਜਲੇਬੀਆਂ ਪਕੌੜਿਆਂ 'ਚ ਅਤੇ ਨਸ਼ੇ ਦੀਆਂ ਗੋਲੀਆਂ ਅਤੇ ਦਾਰੂ ਫਾਰੂ ਦੇ ਚੱਕਰ 'ਚ ਨਹੀਂ ਆਉਣਾ ਜੀ।
हुण तां सिर्फ उहनां सरकारां नूं वोट पाउणी है जिहड़ियां लोकां दी रहनुमाई करनगियां, ना कि लोकां नूं पापड़ वेल के मूर्ख बना देणगियां। इह गल नहीं हैगी हुण। अच्छा, उसे थां ते खड़े आ जिथे 26 तरीक नूं आंसू भर दे गोले जिहड़े सुट्टे गए सी, अज उत्थे ही फुल बरसाए जा रहे ने, किवें दा महसूस हो रहा? बहुत वधिया महसूस हो रहा मैडम जी। असीं 26 नवंबर नूं आप नाल इत्थे पानी दी बछाड़ा खाधियां, अथरू गैस दे गोले खाधे, भी उदण भी दिल खुश सी भी मोदी नूं, अज भी दिल उदों भी ज़्यादा खुशी है, बहुत ज़्यादा खुशी है। उदण भी खुश सी मन कि असीं मोदी नूं हराण चलिए, हरा के आवेंगे, तो हरा के आए हैं। एक किसान जथेबंदियां चढ़दी कला च है, चढ़दी कला च रहणगियां। जित तां सानूं पासे खुशी तां बहुत आ, पर 702 किसानों की जिहड़ी मौत होगी उहदे पासे दुख भी आ। उन्हां परिवारां दे विच अज जो सही सलामत मोदी कानून वापस टाइम सिर ले लैंदा तां किसान शहीद ना होंदे। ਸਾਡੇ ਨਾਲ ਪਿੱਛੇ। ਹਾਂਜੀ, ਮੈਂ ਖਾਸ ਕਰ ਤੁਹਾਡੇ ਚੈਨਲ ਤੇ ਉਸ ਮੀਡੀਆ ਦਾ ਦਿਲੋਂ ਧੰਨਵਾਦ ਕਰਦਾ ਜਿਨੇ ਇਸ ਅੰਦੋਲਨ ਨੂੰ, ਸਚਾਈ ਨੂੰ ਲੋਕਾਂ ਤੱਕ ਪਹੁੰਚਾਇਆ, ਕਿਉਂਕਿ ਇੱਕ ਵਰਗ ਅਜਿਹਾ ਸੀ ਜਿਹੜਾ ਆਪਣੇ ਪੇਸ਼ੇ ਨੂੰ ਛੱਡ ਕੇ ਉਹਨਾਂ ਹੱਥਾਂ ਦੇ ਵਿੱਚ ਖੇਡ ਰਿਹਾ ਸੀ, ਜਿਹੜੇ ਇਸ ਅੰਦੋਲਨ ਨੂੰ ਦੱਬਣਾ ਚਾਹੁੰਦੇ ਸਨ। ਮੈਂ ਵਧਾਈ ਦਿੰਦਾ ਸਾਰੇ ਉਸ ਮੀਡੀਆ ਨੂੰ ਜਿਸ ਨੇ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਦਿਖਾਇਆ, ਅਤੇ ਅਸੀਂ ਦਿਲੋਂ ਇੱਛਾ ਕਰਦੇ ਹਾਂ ਕਿ ਅੱਗੇ ਤੋਂ ਵੀ ਅਜਿਹਾ ਮੀਡੀਆ ਸੱਚਾਈ ਦੇ ਲਈ ਤਤਪਰ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਕੁਛ ਤਸਵੀਰਾਂ ਹੋਣੀਆਂ ਪਿੱਛੇ ਜਿੱਥੇ ਕਿ ਬੀਬੀਆਂ ਭੈਣਾਂ ਨੱਚ ਰਹੀਆਂ ਨੇ, ਜੋਸ਼ ਹੈ, ਬਾਪੂ ਜੀ ਵੀ ਨੱਚ ਰਹੇ ਨੇ। ਬਾਪੂ ਜੀ ਖੁਸ਼ ਹੋ? ਬਹੁਤ ਜ਼ਿਆਦੇ। ਕਿੱਥੋਂ ਹੋ ਤੁਸੀਂ? ਅੰਮ੍ਰਿਤਸਰ। ਵਾਹਗਾ ਬਾਰਡਰ। ਹਾਂਜੀ, ਜਿੱਤ ਕੇ ਮੁੜੇ ਹੋ, ਭੰਗੜੇ ਪੈ ਰਹੇ ਨੇ, ਕਿਵੇਂ ਦਾ ਮਹਿਸੂਸ ਹੋ ਰਿਹਾ? ਬਹੁਤ ਵਧੀਆ ਹੋ ਰਿਹਾ। ਗੱਲ ਮਾੜੀ ਹੋਈ, ਬੰਦੇ ਮਰ ਗਏ, ਉਹ ਬੜੀ ਗੱਲ ਮਾੜੀ, ਸ਼ਹੀਦ ਹੋ ਗਈ ਬੰਦੇ ਨਾਲ, ਉਹ ਗੱਲ ਮਾੜੀ ਹੋਈ ਆ। ਆਹ ਗੱਲ ਮਰਦੀ, ਫਿਰ ਗੱਲ ਮਾੜੀ, ਬੰਦੇ ਬੜੀ ਮਰ ਗਏ, 800 ਬੰਦਾ ਮਰ ਗਿਆ, ਸ਼ਹੀਦ ਹੋ ਗਿਆ, 800 ਸ਼ਹੀਦ ਹੋ ਗਿਆ। ਉਹ ਖੁਸ਼ੀ ਕਾਹਦੀ? ਉਹਦੇ ਨਾਲ ਆਇਆ ਸਾਡੇ ਖੁਸ਼ੀ ਕਹਿੰਦੀ, ਬੜਾ ਬੰਦਾ ਜਾ ਆਉਂਦਾ ਮੋੜ ਦਾ, ਫਿਰ ਖੁਸ਼ੀ ਆਉਂਦਾ ਮੋੜ ਦਾ ਖੁਸ਼ੀ। ਸਾਡੇ ਨਾਲ ਬੀਬੀਆਂ ਭੈਣਾਂ ਨੱਚ ਰਹੀਆਂ ਨੇ ਪਿੱਛੇ, ਜੋਸ਼ ਤੁਸੀਂ ਦੇਖ ਰਹੇ ਹੋ। ਸਰ ਆ ਜਾਓ, ਕਿਤੇ ਇੱਦਾਂ ਤਾਂ ਨਹੀਂ ਹੋਊਗਾ ਏਕਾ ਜਿਹੜਾ ਇਸ ਤੋਂ ਸਿੱਖਣ ਨੂੰ ਮਿਲਿਆ ਵੀ ਇਹ ਏਕਾ ਕਿਤੇ ਪਿੰਡਾਂ 'ਚ ਜਾ ਕੇ ਬਰਕਰਾਰ ਨਾ ਰਹੇ? ਇਹ ਪਿੰਡਾਂ ਵਿੱਚ ਜਾ ਕੇ ਸਾਡੀਆਂ ਭੈਣਾਂ ਦਾ, ਸਾਡੇ ਕਿਸਾਨਾਂ ਦਾ, ਸਾਡੇ ਵੀਰਾਂ ਦਾ ਇਸੇ ਤਰ੍ਹਾਂ ਏਕਾ ਬਣੇਗਾ। ਉਹ ਸਾਨੂੰ ਚੰਗੇ ਮਾੜੇ ਦੀ ਪਰਖ ਹੋ ਗਈ ਆ ਕਿ ਸਾਡੇ ਨਾਲ ਕੌਣ ਖੜਦਾ ਅਤੇ ਸਾਡੇ ਨੂੰ ਕੌਣ ਪਿੱਛੇ ਕਰਦਾ ਵਾ। ਇਹ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਨੇ ਬੇੜਾ ਗੜ ਕਰਕੇ ਸਾਨੂੰ ਦਿੱਲੀਆਂ ਦੇ ਬਰੂਹਾਂ 'ਤੇ ਪਾਇਆ ਸੀ, ਦਿੱਲੀ ਦੇ ਬਰੂਹਾਂ 'ਤੇ ਜਿੱਤ ਪਾਸ ਕਰਕੇ ਇਹ ਦੁਬਾਰੇ ਅਸੀਂ ਆਪਣੇ ਪੰਜਾਬ ਨੂੰ, ਵਤਨ ਨੂੰ ਪਰਤ ਰਹੇ ਹਾਂ। ਅਸੀਂ ਸਾਰਿਆਂ ਨਾਲ ਏਕਾ ਹੋ ਗਿਆ। ਆਹ ਵੇਖੋ ਸਾਡੀਆਂ ਭੈਣਾਂ ਸਾਡੇ ਨਾਲ ਕਿਸ ਤਰ੍ਹਾਂ ਨੱਚ ਰਹੀਆਂ ਨੇ, ਇਸੇ ਤਰ੍ਹਾਂ ਜਿਸ ਤਰ੍ਹਾਂ ਭੈਣਾਂ ਸਾਡੀਆਂ ਸਾਡੇ ਨਾਲ ਨੱਚ ਰਹੀਆਂ। ਜੇ ਰਸੋਈ ਸਾਂਭ ਸਕਦੀਆਂ ਆਪਣੇ ਬੱਚੇ ਪਾਲ ਸਕਦੀਆਂ, ਰਸੋਈ ਸਾਂਭਦੀਆਂ ਆਪਣੇ ਬੱਚੇ ਪਾਲ ਸਕਦੀਆਂ, ਇਸੇ ਤਰ੍ਹਾਂ ਆਪਣੇ ਹੱਕ ਲੈਣ ਦੀ ਮੈਨੂੰ ਜਾਚ ਆ ਗਈ ਆ। ਜਿੰਨਾ ਚਿਰ ਔਰਤ ਸਾਡੇ ਨਾਲ ਜਾਗਰੂਕ ਨਹੀਂ ਹੁੰਦੀ, ਉਨ ਚਿਰ ਆਪਣੇ ਹੱਕ ਨਹੀਂ ਸੀ ਲੈ ਸਕਦੇ। ਇਹ ਭੈਣਾਂ ਸਾਡੀਆਂ ਨੇ, ਸਾਡੀਆਂ ਮਾਤਾਵਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜਾੜ ਕੇ ਤੁਰੀਆਂ ਨੇ, ਅਤੇ ਅਸੀਂ ਆਪਣੇ ਹੱਕ ਲੈ ਕੇ ਵਾਪਸ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਇਹ ਭੈਣਾਂ ਸਾਡੀਆਂ ਇਸੇ ਤਰ੍ਹਾਂ ਨਾਲ ਸਾਡੇ ਚੜ੍ਹਦੀ ਕਲਾ 'ਚ ਸਾਡੇ ਨਾਲ ਰਹਿਣਗੀਆਂ। ਅੱਛਾ, ਸੋ ਤੁਸੀਂ ਦੇਖਿਆ ਜਿਹੜੀਆਂ ਬੀਬੀਆਂ ਭੈਣਾਂ ਨੇ ਨੱਚ ਰਹੀਆਂ ਨੇ, ਕਿਤੇ ਨਾ ਕਿਤੇ ਇਸੇ ਬਾਰਡਰ 'ਤੇ ਜਿਹੜਾ ਸੀਗਾ ਪਿਛਲੇ ਸਾਲ ਆਂਸੂ ਭਰ ਦੇ ਗੋਲੇ ਜਿਹੜੇ ਸੁੱਟੇ ਗਏ ਸੀਗੇ, ਗੋਲੇ ਸੁੱਟ ਕੇ ਜਿਹੜਾ ਸੀ ਬੈਰੀਗੇਡ ਲਾਏ ਪਏ ਸੀ, ਪਰ ਸਾਡੇ ਭਾਈਚਾਰੇ ਨੇ, ਸਾਡੇ ਕਿਸਾਨਾਂ ਨੇ ਉਹ ਵੀ ਚੱਕ ਕੇ ਮਾਰਦੇ ਸੀ। ਅੱਗੇ ਚੱਲਦੇ ਹਾਂ, ਗੱਲਬਾਤ ਕਰਦੇ ਹਾਂ ਹੋਰ ਵੀ। ਪਿੱਛੇ ਨੌਜਵਾਨ ਤੁਸੀਂ ਦੇਖ ਰਹੇ ਹੋ, ਰਸ਼ ਦੇਖ ਰਹੇ ਹੋ, ਟਰੈਕਟਰਾਂ ਜਿਵੇਂ ਵਾਪਸੀ ਅੱਜ ਆ ਰਹੀ ਹੈ, ਅੱਜ 11 ਤਰੀਕ ਹੈ, ਹਿਸਟਰੀ ਦੇ ਵਿੱਚ ਲਿਖ ਹੋ ਗਿਆ ਆ, ਜਿੱਥੇ ਕਿ ਅਸੀਂ ਦੇਖ ਰਹੇ ਹਾਂ ਬਾਪੂ ਜੀ ਮੌਜੂਦ ਨੇ ਸਾਡੇ ਨਾਲ। ਬਾਪੂ ਜੀ ਕਿਵੇਂ ਮਹਿਸੂਸ ਹੋ ਰਿਹਾ? ਸਾਨੂੰ ਬਹੁਤ ਖੁਸ਼ੀ ਹੈ ਕਿਸਾਨਾਂ ਦੀ ਜਿੱਤ ਦੀ, ਔਰ ਮੋਦੀ ਦਾ ਹੰਕਾਰ ਟੁੱਟਿਆ, ਇਹਨੂੰ ਮੋਦੀ ਨੂੰ ਦੇਖਣਾ ਚਾਹੀਦਾ ਵੀ ਖਾਲਸੇ ਪੰਥ ਨਾਲ ਸਿੱਖ ਕੌਮ ਨਾਲ ਮੱਥਾ ਲਾ ਕੇ ਕਿੱਦਾਂ ਹਾਰ ਦਾ ਮੂੰਹ ਖਾਣਾ ਪੈਂਦਾ। ਇਹ ਅਸੀਂ ਸਾਰੇ ਪੰਜਾਬ ਨੂੰ, ਸਾਰੇ ਇੰਡੀਆ ਨੂੰ, ਯੂਪੀ ਜਿੰਨੇ ਵੀ ਸਿੱਖਾਂ ਨੂੰ ਵਧਾਈ ਦਿੰਦੇ ਹਾਂ। ਇਹਦੇ 'ਚ ਹਰ ਇੱਕ ਗਰੀਬ ਦੀ, ਹਰ ਇੱਕ ਮਜ਼ਦੂਰ ਦੀ, ਵਪਾਰੀ ਦੀ, ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਭਰਾਵਾਂ ਦਾ ਸਹਿਯੋਗ ਹੋਇਆ ਹੈ, ਜਿੱਤ ਹੋਈ ਹੈ। ਅਤੇ ਜਿਹੜੇ ਵਿਦੇਸ਼ਾਂ ਤੋਂ ਆਪਣੇ ਸਾਡੇ ਭਰਾ ਨਾਰੀ ਹਨ, ਉਹਨਾਂ ਨੇ ਬੜਾ ਯੋਗਦਾਨ ਪਾਇਆ ਹੈ। ਇਸ ਕਰਕੇ ਆਲ ਵਰਲਡ ਦੇ ਸਮੂਹ ਵਿਦੇਸ਼ੀਆਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਸ਼ ਤੁਸੀਂ ਦੇਖ ਰਹੇ ਹੋ, ਕਿਤੇ ਨਾ ਕਿਤੇ ਪਿਛਲੇ ਸਾਲ ਰੋਸ ਸੀਗਾ, ਪਰ ਅੱਜ ਜਿਹੜਾ ਆ ਖੁਸ਼ੀ ਮਨਾਈ ਜਾ ਰਹੀ ਆ। ਸਾਡੇ ਨੌਜਵਾਨ ਵੀਰ ਨੇ ਜਿਹੜੇ ਨੱਚ ਰਹੇ ਨੇ, ਟਰੈਕਟਰ ਟਰਾਲੀਆਂ ਦੇ ਜਿਹੜੇ ਕਾਫਲੇ ਨੇ ਲਗਾਤਾਰ ਤੁਰਦੇ ਆ ਰਹੇ ਨੇ। ਆਪਾਂ ਅੱਗੇ ਚੱਲਦੇ ਹਾਂ, ਟਰਾਲੀ 'ਤੇ ਕੁਛ ਕਿਸਾਨ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਜਿਹੜੇ ਪੱਕੇ ਡੇਰੇ ਲਾਉਣ ਬਾਰੇ ਸੋਚੇ ਹੋਏ ਸੀ, ਉੱਥੇ ਪੱਕੇ ਡੇਰੇ ਲਾਏ ਸੀ, ਕਿਵੇਂ ਦਾ ਮਹਿਸੂਸ ਹੋਇਆ? ਕਿੱਥੋਂ ਹੋ ਸਰ ਤੁਸੀਂ?
जगाड़ मिंट लाया पक्के रहन दा अज ओही नबेड़ के जद वापस आए सी कितने ना कितने मन दे विच उदासी सी की बिल्कुल है सी जी क्योंकि असी कल उथे दिल्ली वासियां नाल भी गल वरती सिंघू बॉर्डर ते जिहड़े दुकानदार सी ओह भी बहुत कल उदास सी कहिंदे आप जा रहे हो हमारा मन नहीं लगेगा। बापू जी किवें दा महसूस हो रहा है जित के वापस आ रहे हो? वधिया महसूस हो रहा है जी, बहुत खुशी है जी मन च। हां जी अच्छा पिंड जा रहे होंगे कितना कितने अखां भी नम ने। हां जी हां जी खुशी भी है, हुण एक साल हो गया जी उत्थे बैठे नूं भुखण भाणे किसान उत्थे उत्थे कोई हालत थोड़ा दी रहण दी, ओह एक मजबूरी दे बस उत्थे रहना पिया जी। गलबात कीती है किसानां नाल पिछले साल जिथे इत्थे गोले सुट्टे गए सी आंसू वाले अज उत्थे फुल्लां दी जिहड़ी वर्षा हो रही है। उम्मीद करदी हां वीडियो चंगी जरूर लगी होगी, शेयर जरूर कर दिओ, जुड़े रहो बॉली हॉली बाबा दे नाल। मैनूं हिमनप्रीत कौर दिओ इजाजत, सत श्री अकाल।